कैमरे नहीं सी उदों बेअदबियां नहीं सी होंदियां हुण कैमरे लग गए ने ते हुण रोज़ बेअदबी होंदी आ ते मगरों तुहाडी वीडियो सोशल मीडिया चाढ़ दिंदे आ ते लोकी ऐ शेयर करदे वी जिहड़ा बड़ा बहादुरी वाला काम है साडे लई जदों हुकूमत प्लैन करके खुरा खोज मिटाउण लई सिखां दा इह काम कर रही ते असीं कदों झकदे आ गैरतमंद कौमां धर्मी लोक जदों कोई जंग दी पंगारे उदों जंग च जा के तप करदे ने ते जदों कोई वेहले बैठे होण ते फिर महाराज दा नां जपदे आ मसला पत बचाउण दा वा कि रिकॉर्डिंग करन दा कैमरे नहीं सी उदों बेअदबियां नहीं सी होंदियां हुण कैमरे लग गए ने ते हुण रोज़ बेअदबी होंदी आ ते मगरों तुहाडी वीडियो सोशल मीडिया ते चाढ़ दिंदे आ ते लोकी ऐ शेयर करदे वी जिहड़ा बड़ा बहादुरी वाला काम है साडे लई कोई शर्म हजा सानू होनी चाहिए है संगतां ने यह तो कहना भी सानू लानता पाई जाते हैं मैं अपने आप नूं पारिया विच किसे कले नूं नहीं है पर एक गल समझ लीए जे गुलामी दूर करनी है तो पहला सानू खंडे बाटे की पौल छक के तैयार बर तैयार होना पैना नौजवानों तुसीं बहुत नाइयों को जाके मंगे टेढ़े मूँह सिर मना के आउंदे जो कि तुहानूं काल पुरख की जिहड़ी रचना उत्ते भरोसा नहीं हैगा माड़ा मोटा जिन्हें सानू पैदा किया है उन्हें गिणती के केस सानू बख्शे ने भी इन्ने ही होने तो वधने नहीं कदे ते जिन्हें संसार नू साजिया किसी बंदे दी एक शकल दी दूजे नाल नहीं मिलती जिन्हें इन्नी विलखणता संसार च भरी है उहदी रचना ते भरोसा नहीं एक नाई ठीक करू सानू महाराज ने सानू वगाड़ के भेजा जिहड़ा नाई को जाके ठीक करवाउणा सो आपां इह काम करने बंद करिए खंडे बाटे दी पौल छकणी है ते नशे जिहड़े करन वाले नौजवान है ਤੁਸੀਂ ਹੁਣ ਇੰਤਿਹਾ ਤੇ ਵੇਖ ਲਈ ਹੈ ਜੇ ਚਿੱਟੇ ਤੋਂ ਪਰੇ ਕੋਈ ਚੀਜ਼ ਹੈਗੀ ਤੇ ਉਹ ਵੀ ਕਰ ਲਓ ਕੋਈ ਨਹੀਂ ਜਿਹਨੇ ਉੱਧਰ ਮਰਨਾ ਤੇ ਉਹ ਵੀ ਮਰਵੇ ਜਾ ਕੇ ਕਿਉਂਕਿ ਕਈ ਵਾਰ ਨਾ ਬੰਦੇ ਜੇ ਕਿਸੇ ਨੂੰ ਕਹੀਏ ਤੇ ਉਹ ਕਹਿੰਦੇ ਨੇ ਵੀ ਅਜੇ ਆਹ ਕਰਕੇ ਵੇਖਣਾ ਹੈ ਅਸੀਂ ਵੀ ਇਸ ਪਾਸੇ ਨੂੰ ਪੂਰੀ ਛੂ ਕੇ ਆਉਣਾ ਦੂਜੀ ਇੰਤਿਹਾ ਨੂੰ ਸੋ ਸਾਰਾ ਮੈਨੂੰ ਲੱਗਦਾ ਵੀ ਹੁਣ ਪਿੰਡਾਂ ਦੇ ਪਿੰਡ ਖਾਲੀ ਹੋ ਗਏ ਪਿੰਡਾਂ ਦੇ ਵਿੱਚ ਜਿੰਨੇ ਕੁ ਨੌਜਵਾਨ ਹਕੂਮਤ ਨੇ ਗੋਲੀ ਨਾ ਮਾਰੇ ਸੀ ਸਾਡੇ ਉਹਦੇ ਨਾਲ ਦੁੱਗਣੇ ਤਿੱਗਣੇ ਚਿੱਟੇ ਨਾ ਮਰ ਗਏ ਗੋਲੀ ਨਾਲ ਕੋਈ ਮਰਦਾ ਸੀ ਭੋਗ ਤੇ ਚਾਰ ਬੰਦੇ ਇਕੱਠੇ ਹੁੰਦੇ ਸੀ ਮਾਂ ਨੂੰ ਹੌਸਲਾ ਦਿੰਦੇ ਵੀ ਤੇਰਾ ਪੁੱਤ ਗੁਰੂ ਦੇ ਲੇਖੇ ਲੱਗਿਆ ਹੁਣ ਜਦੋਂ ਚਿੱਟੇ ਨਾਲ ਕੋਈ ਮਰ ਜਾਂਦਾ ਟੱਬਰ ਵੀ ਝੂਠ ਬੋਲਦਾ ਵੀ ਸਾਡੇ ਪੁੱਤ ਨੂੰ ਜੀ ਸੁੱਤੇ ਨੂੰ ਅਟੈਕ ਹੋ ਗਿਆ ਪਿੰਡ ਵਾਲੇ ਵੀ ਜਾ ਕੇ ਸ਼ਰੇਆਮ ਝੂਠ ਬੋਲੀ ਜਾਂਦੇ ਆ ਵੀ ਭੈਣ ਜੀ ਮੁੰਡਾ ਤੇ ਬੜਾ ਚੰਗਾ ਸੀ ਪਤਾ ਨੀ ਕੀ ਹੋ ਗਿਆ ਪਤਾ ਸਾਰੇ ਨੂੰ ਹੁੰਦਾ ਵੀ ਵਾਪਰਿਆ ਕੀ ਹੈ ਗੱਲ ਲੁਕਾਉਂਦੇ ਆ ਪਰਦਾ ਪਾਉਂਦੇ ਆ ਵੀ ਸ਼ਾਇਦ ਬਦਨਾਮੀ ਨਾ ਹੋਵੇ ਤੇ ਬਦਨਾਮੀ ਕਾਹਦੀ ਹੈ ਜਦੋਂ ਹਕੂਮਤ ਪਲਾਨ ਕਰਕੇ ਖੁਰਾ ਖੋਜ ਮਿਟਾਉਣ ਲਈ ਸਿੱਖਾਂ ਦਾ ਇਹ ਕੰਮ ਕਰ ਰਹੀ ਤੇ ਅਸੀਂ ਕਿਤੋਂ ਝੱਕਦੇ ਹਾਂ ਸਾਨੂੰ ਕਹਿਣਾ ਚਾਹੀਦਾ ਉਸ ਮਾਂ ਨੂੰ ਉੱਚੀ ਰੌਲਾ ਪਾਉਣਾ ਚਾਹੀਦਾ ਵੀ ਮੇਰਾ ਪੁੱਤ ਹਕੂਮਤ ਖਾ ਗਈ ਹੈ ਨਸ਼ਾ ਹਕੂਮਤ ਵੇਚਦੀ ਹੈ ਬੰਦ ਨਹੀਂ ਕਰਾਉਂਦੀ ਇਹ ਝੱਗਣ ਵਾਲੀ ਕੋਈ ਗੱਲ ਨਹੀਂ ਸਾਰੇ ਘਰਾਂ 'ਚ ਆ ਗਿਆ ਇਹ ਕਿਸੇ ਦਾ ਕੋਈ ਘਰ ਨਹੀਂ ਬਚਿਆ ਅੱਜ ਜਿੱਥੇ ਨਸ਼ਾ ਨਾ ਪਹੁੰਚਿਆ ਹੋਵੇ ਸੋ ਆਪਾਂ ਪਰਦੇ ਪਾਉਣੇ ਬੰਦ ਕਰੀਏ ਜਿਹਦੇ ਜਿਹਦੇ ਕੋਈ ਧੀ ਪੁੱਤ ਨਸ਼ੇ ਪੱਤੇ ਕਰਦੇ ਆ ਉਹਨਾਂ ਨੂੰ ਸਾਰੇ ਸਾਹਮਣੇ ਟੋਕਣਾ ਸ਼ੁਰੂ ਕਰੋ ਵੀ ਭਾਈ ਇਹ ਕੰਮ ਤੇਰੀ ਬਦਨਾਮੀ ਅਸਲ 'ਚ ਨਾ ਸਾਰੇ ਪਿੰਡ ਨੂੰ ਪਤਾ ਹੁੰਦਾ ਘਰਦਿਆਂ ਭਾਵੇਂ ਜਿੰਨੇ ਮਰਜ਼ੀ ਸੋਚਣ ਵੀ ਸਾਨੂੰ ਨਹੀਂ ਪਤਾ ਹੈ ਸੋ ਆਪਾਂ ਨੌਜਵਾਨਾਂ ਨੂੰ ਇਹ ਅਪੀਲ ਹੈ ਵੀ ਤੁਸੀਂ ਜਿਹੜੇ ਨਸ਼ੇ ਪੱਤੇ ਮਾੜੇ ਮੋਟੇ ਕਰਦੇ ਜੋ ਇਹ ਨਸ਼ੇ ਪੱਤੇ ਤੁਹਾਡੇ ਕੋਲ ਇੱਦਾਂ ਨਹੀਂ ਛੁੱਟਣੇ ਜਿੰਨਾ ਚਿਰ ਤੁਸੀਂ ਗੁਰੂ ਲੇਖੇ ਨਹੀਂ ਲੱਗਦੇ ਤੇ ਮੈਂ ਇਹ ਕੋਈ ਦਾਅਵਾ ਨਹੀਂ ਕਰਨਾ ਕੋਈ ਵਾਅਦਾ ਨਹੀਂ ਕਰਨਾ ਵੀ ਤੁਹਾਡੀ ਜਾਨ ਬਚਾਉਣੀ ਹੈ ਕਈ ਬੰਦੇ ਕਹਿੰਦੇ ਆ ਮਾਵਾਂ ਕਹਿੰਦੇ ਵੀ ਸਾਡਾ ਪੁੱਤ ਬਚਾ ਲਓ ਵੀ ਨਸ਼ੇ 'ਚ ਲੱਗਾ ਹੈ ਮਰ ਜਾਊਗਾ ਮੈਂ ਕਿਹਾ ਵੀ ਹੋ ਸਕਦਾ ਸਾਡੇ ਵਾਲੇ ਪਾਸੇ ਪਹਿਲਾਂ ਮਰ ਜਾਵੇ ਪਰ ਇਹ ਆ ਵੀ ਮੌਤ ਮੌਤ 'ਚ ਫਰਕ ਹੈ ਧਰਮ ਦੇ ਲਈ ਜਿਹੜਾ ਮਨੁੱਖ ਮਰਦਾ ਹੈ ਉਹਨੂੰ ਮਹਾਰਾਜ ਕੀ ਕਹਿੰਦੇ ਸੂਰਾ ਸੋ ਪਹਿਚਾਨੀ ਹੈ ਜੋ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ ਮਰਨਾ ਇੱਧਰ ਵੀ ਪੈਣਾ ਮਰਨਾ ਉੱਧਰ ਵੀ ਪੈਣਾ ਮੌਤ ਅਕਸਰ ਆਉਣੀ ਹੈ ਇਹਨੂੰ ਕਿਸੇ ਨੇ ਰੋਕ ਨਹੀਂ ਲੈਣਾ ਪਰ ਦੋ ਮਨੁੱਖ ਮਰਦੇ ਨੇ ਇੱਕ ਨਾੜ 'ਚ ਟੀਕਾ ਲਾ ਕੇ ਮਰ ਜਾਂਦਾ ਨਾਲੀ 'ਚ ਡਿੱਗਾ ਹੁੰਦਾ ਮੂੰਹ ਉਹਦਾ ਨਾਲੀ 'ਚ ਪਿਆ ਹੁੰਦਾ ਉਹਨੂੰ ਪਤਾ ਕੁਛ ਨਹੀਂ ਦੂਜਾ ਮਨੁੱਖ ਹਕੂਮਤ ਦੇ ਜਬਰ ਦਾ ਟਾਕਰਾ ਕਰਦਾ ਸ਼ਹੀਦ ਹੁੰਦਾ ਇਹਨਾਂ ਦੋਵਾਂ ਮੌਤਾਂ 'ਚ ਬਹੁਤ ਫਰਕ ਹੈ ਸੋ ਆਪਾਂ ਕਿਹੜੀ ਮੌਤ ਚੁਣਨੀ ਹੈ ਮੇਰਾ ਇਹ ਕੋਈ ਵਾਅਦਾ ਨਹੀਂ ਵੀ ਜੇ ਤੁਸੀਂ ਨਸ਼ੇ ਤੋਂ ਬਚ ਗਏ ਤੇ ਤੁਸੀਂ ਇੱਧਰ ਬਚੇ ਰਹਿਣਾ ਕਿਉਂਕਿ ਕੌਮ ਦੇ ਅੱਗੇ ਜਿਹੜੀ ਵੱਡੀ ਬਿਪਤਾ ਆਣ ਖੜੀ ਹੈ ਸਿਰ ਦੇਣੇ ਪੈਣੇ ਨੇ ਇਹ ਬੰਦ ਬੰਦ ਕਟਾਉਣੇ ਪੈਣੇ ਨੇ ਖੋਪਰੀਆਂ ਲਹਾਉਣੀਆਂ ਪੈਣੀਆਂ ਨੇ ਆਪਾਂ ਨੂੰ ਆਪਾਂ ਜੇ ਇਹ ਗੱਲ ਲਈ ਤਿਆਰ ਬਰ ਤਿਆਰ ਨਾ ਹੋਏ ਤੇ ਖੰਡੇ ਬਾਟੇ ਦੀ ਪੌਲ ਮੈਂ ਕਰਕੇ ਥੋੜੀ ਕਹਿਣ ਡਿਆ ਵੀ ਤੁਸੀਂ ਅੰਦਰ ਵੜ ਕੇ ਤਪ ਕਰਨਾ ਹੈ ਜੀ ਉਹ ਵੀ ਕਰਨਾ ਜੇ ਲੋੜ ਪੈਂਦੀ ਹੈ ਤੇ ਪਰ ਅੱਜ ਸਭ ਤੋਂ ਵੱਡਾ ਤਪ ਕੀ ਹੈ ਸਭ ਤੋਂ ਵੱਡਾ ਤਪ ਇਹ ਹੈ ਵੀ ਸਿੱਖ ਦੀ ਪਰਿਭਾਸ਼ਾ ਸੰਤ ਤੇ ਸਿਪਾਹੀ ਦੀ ਜੇ ਬਾਹਰ ਦੁਸ਼ਮਣ ਖੜਾ ਵੰਗਾਰਦਾ ਹੋਵੇ ਤੇ ਕੋਈ ਬੈਠਿਆ ਵੀ ਮੇਰਾ ਦੇ ਅੰਦਰ ਜੀ ਤਪ ਦਾ ਟਾਈਮ ਹੋ ਗਿਆ ਉਹ ਬਗੈਰਤੀ ਹੈ ਗੈਰਤਮੰਦ ਕੌਮਾਂ ਧਰਮੀ ਲੋਕ ਜਦੋਂ ਕੋਈ ਜੰਗ ਲਈ ਵੰਗਾਰੇ ਉਦੋਂ ਜੰਗ 'ਚ ਜਾ ਕੇ ਤਪ ਕਰਦੇ ਨੇ ਤੇ ਜਦੋਂ ਕੋਈ ਵਿਹਲੇ ਬੈਠੇ ਹੋਣ ਤਾਂ ਫਿਰ ਮਹਾਰਾਜ ਦਾ ਨਾਂ ਜਪਦੇ ਸਵਾਸ ਸਵਾਸ ਸਿਮਰਨਾ ਸੋ ਨੌਜਵਾਨੋ ਭੈਣੋ ਭੈਣਾਂ ਨੂੰ ਲੋਕੀ ਕਹਿੰਦੇ ਵੀ ਤੁਸੀਂ ਭੈਣਾਂ ਨੂੰ ਬੇਨਤੀ ਨਹੀਂ ਕਰਦੇ ਬੇਨਤੀ ਅਸੀਂ ਭੈਣਾਂ ਨੂੰ ਸਗੋਂ ਵੱਧ ਕਰਦੇ ਹਾਂ ਵੀ ਦੇਖੋ ਇੱਕ ਨੌਜਵਾਨ ਜਦੋਂ ਅੰਮ੍ਰਿਤ ਛਕਦਾ ਉਹ ਇਕੱਲਾ ਪ੍ਰਾਣੀ ਅੰਮ੍ਰਿਤ ਛਕਦਾ
एक भैन जो अमृत छक लेंदी है पूरे परिवार का छकिया अरका हो जाता है। उन्हें रोटी पानी पकाना है, प्रशादा पकाना है, नाम बाणी पढ़दे हैं, उहदा असर बच्चों तक पहुंचना है। उन्हें अपने बच्चों नूं सिख्या देनी है। पर अजकल दे भैणां न्याणे दे बाल ऐ मना के दुनिया फिर दिंदे वी इहनूं कोई सांभे नहीं जांदे वी तुहाडे हथ पर परमात्मा ने तुहानूं कदों दित्ते। अजकल सौखा हो गया जीवन, मशीनां आ गईआं, लीड़े धोण दी लोड़ नहीं पैंदी, सारा कुछ आपे होई जांदा है। ते पहलां वी ते मावां सांभदीआं रहीआं सारा कुछ, चार चार पंज पंज, हुण ते जवाक ही साडे इक दो रहि गए। ਇਹ ਵੀ ਪਤਾ ਨੀ ਕਿੰਨੇ ਮਤ ਦੇ ਦਿੱਤੀ ਹੈ। ਫਿਰ ਇਹਨਾਂ ਕਹਿਣਾ ਵੀ ਪਤਾ ਨੀ ਕਿਹੋ ਜਿਹੀਆਂ ਗੱਲਾਂ ਕਰੀਆਂ ਦੇ ਸਟੇਜਾਂ ਤੋਂ ਵੀ ਜੇ ਇੱਕ ਜਵਾਕ ਹੈ ਕਿਸੇ ਦਾ, ਮਾਵਾਂ ਡਰੀਆਂ ਫਿਰਦੀਆਂ ਵੀ ਇਹਨੂੰ ਬਾਹਰ ਨਾ ਕੱਢੀਏ, ਕਿਤੇ ਥੱਲੇ ਨਾ ਆ ਜਾਏ, ਕਿਸੇ ਚੀਜ਼ ਦੇ ਨੂੰ ਸੱਟ ਪੇਟ ਨਾ ਲੱਗ ਜੇ, ਤੇ ਜਿਹੜੇ ਇੱਡੇ ਸੋਹਲ ਬਣਾ ਲਏ ਆਪਾਂ ਜਵਾਕ, ਇਹਨਾਂ ਸੰਘਰਸ਼ ਕੀ ਲੜਨਾ ਅੱਗੇ ਜਾ ਕੇ? ਇਹਨਾਂ ਦੇ ਦੇਖੋ ਮੇਰੇ ਨਾਲ ਚੰਗੀ ਤਰ੍ਹਾਂ ਦਬਕਾ ਮਾਰ ਜੇ, ਤਰਾਹ ਨਿਕਲ ਜਾਂਦਾ ਜਵਾਕਾਂ ਦਾ ਵੀ ਅਸੀਂ ਪਤਾ ਨੀ ਇਹ ਅਸਲ 'ਚ ਨਾ ਇਹ ਕੌਮ ਦੀ ਨਸਲ ਕੁਛੀ ਹੈ। ਇਹਨੂੰ ਸਮਝੋ ਜਦੋਂ ਸਾਡੇ ਮਨ 'ਚ ਇਹ ਗੱਲਾਂ ਪਾ ਦਿੱਤੀਆਂ ਉਹਨਾਂ ਨੇ ਵੀ ਨਹੀਂ ਜੀ ਹਮ ਇਹ ਦੋ ਅੱਛੇ ਆ ਬੱਚੇ, ਦੋ ਅੱਛੇ ਆ, ਤੇ ਹੁਣ ਦੋ ਦਾ ਵੀ ਇੱਕ ਰਹਿ ਗਿਆ ਹੈਗਾ। ਸੋ ਇਹਨਾਂ ਗੱਲਾਂ 'ਤੇ ਤੁਸੀਂ ਧਿਆਨ ਦਿਓ, ਇਹ ਕਿਸੇ ਨੇ ਆਣ ਕੇ ਨਹੀਂ ਤੁਹਾਨੂੰ ਕਹਿਣੀ ਆ। ਬਹੁਤੇ ਬੰਦਿਆਂ ਨੇ ਇੱਥੇ ਆਣ ਕੇ ਕਹਿ ਦੇਣਾ ਵੀ ਸਤਿ ਜੀ ਸਭ ਕੁਛ ਚੜ੍ਹਦੀ ਕਲਾ 'ਚ ਕਿਰਪਾ ਹੋ ਰਹੀ ਮਹਾਰਾਜ ਦੀ, ਮਹਾਰਾਜ ਦੀ ਕਿਰਪਾ ਬਥੇਰੀ ਹੋ ਰਹੀ ਹੈ। ਪਰ ਮਹਾਰਾਜ ਨੇ ਕਿਰਪਾ ਇਹ ਕਰਕੇ ਨਹੀਂ ਕੀਤੀ ਵੀ ਹੱਥ ਹੱਥ ਧਰ ਕੇ ਬੈਠੇ ਰਹੋ ਸੁੱਤੇ ਰਹੋ ਸਾਰੀ ਦਿਹਾੜੀ, ਕੋਈ ਮੂੰਹ ਚੁੱਕ ਕੇ ਉੱਧਰ ਨੂੰ ਤੁਰ ਪੈਂਦਾ। ਇੱਥੇ ਹੁਣ ਪਿੰਡਾਂ 'ਚ ਤੁਹਾਡਾ ਕੀ ਜ਼ਿੰਮੇਵਾਰੀ ਬਣਦੀ ਹੈ? ਇੱਥੇ ਕਈ ਪਰਿਵਾਰ ਆ ਪਾਸਟਰਾਂ ਦੇ ਠੱਗੇ ਗਏ, ਉਹਨਾਂ ਨੇ ਭਰਮਾ ਕੇ ਕਿਸੇ ਦੀ ਬਿਮਾਰੀ ਦਾ ਬਹਾਨਾ ਬਣਾ ਕੇ ਉਹਨਾਂ ਨੂੰ ਆਪਣੇ ਪਿੱਛੇ ਲਾਇਆ, ਜਿਵੇਂ ਪਹਿਲਾਂ ਡੇਰੇਵਾਦੀ ਲੋਕ ਲਾਉਂਦੇ ਸੀ। ਤੁਹਾਡਾ ਫਰਜ਼ ਬਣਦਾ ਨੌਜਵਾਨਾਂ ਦਾ ਵੀ ਉਹਨਾਂ ਨੂੰ ਪ੍ਰੇਮ ਪਿਆਰ ਨਾਲ ਸਮਝਾ ਕੇ ਸਿੱਖੀ ਵਾਲੇ ਪਾਸੇ ਲੈ ਕੇ ਆਉਣਾ। ਉਹਨਾਂ ਨੂੰ ਇਹ ਦੱਸਣਾ ਹੈ ਵੀ ਜਦੋਂ ਯਿਸੂ ਮਸੀਹ ਨੂੰ ਸੂਲੀ ਤੇ ਟੰਗਿਆ ਜਾ ਰਿਹਾ ਸੀ ਤੇ ਯਿਸੂ ਮਸੀਹ ਆਪਣੇ ਆਪ ਨੂੰ ਨਹੀਂ ਬਚਾ ਸਕਿਆ, ਤੇ ਫਿਰ ਤੁਸੀਂ ਦੱਸੋ ਵੀ ਤੁਹਾਡੀ ਕੀ ਰਾਖੀ ਕਰੂ ਕੋਈ? ਹੁਣ ਇਹ ਕਹਿਣਗੇ ਵੀ ਗੁਰੂ ਨੂੰ ਵੀ ਤੱਤੀ ਤਵੀ ਤੇ ਬਿਠਾਇਆ ਸੀ, ਗੁਰੂ ਨੇ ਸਵੈ ਚੋਣ ਕੀਤੀ ਹੈ, ਚੋਣ ਕੇ ਤੱਤੀ ਤਵੀ ਚੁਣੀ ਹੈ, ਗੁਰੂ ਨੇ ਉੱਥੇ ਬੈਠ ਕੇ ਵੀ ਜਾਪ ਕੀਤਾ। ਸੋ ਇਸ ਕਰਕੇ ਸ਼ਾਇਦ ਇਹਨਾਂ ਤਪ ਆਪਾਂ ਤਾਂ ਕੀਤਾ ਹੈ ਨਹੀਂ ਵੀ ਮਹਾਰਾਜ ਪ੍ਰਗਟ ਹੋਣ ਕੇ ਸਾਨੂੰ ਦਰਸ਼ਨ ਦੇਣ, ਤੇ ਦਰਸ਼ਨ ਉਹਨਾਂ ਮੋਨੇ ਘੋਨਿਆਂ ਨੂੰ ਵੈਸੇ ਨਹੀਂ ਦੇਣੇ। ਸੋ ਮਹਾਰਾਜ ਨੇ ਜੇ ਕਿਸੇ ਦੇ ਹੱਥ ਜੇ ਸਾਡੀ ਭੌਂਕਣ ਦੀ ਸੇਵਾ ਲਈ ਹੈ ਤੇ ਸਾਡੀ ਸੁਣ ਲਓ, ਛੱਕ ਕੇ ਤਿਆਰ ਬਾਰ ਤਿਆਰ ਹੋਣਾ ਤੇ ਸੀਸ ਗੁਰੂ ਦੇ ਚਰਨਾਂ 'ਚ ਭੇਟ ਕਰਨਾ। ਚਰਨਾਂ 'ਚ ਭੇਟ ਕਰਨ ਦਾ ਕੀ ਅਰਥ ਹੈ? ਇੱਥੇ ਕਈ ਸੋਚਦੇ ਆ ਵੀ ਜਦੋਂ ਗੁਰੂ ਦੇ ਚਰਨਾਂ ਸੀਸ ਭੇਟ ਕਰ ਦਿੱਤਾ ਜੀ ਫਿਰ ਅਸੀਂ ਪਾਠ ਕਰਨਾ ਹੈ ਜੀ, ਸਾਰਾ ਕੁਛ ਕਰਨਾ ਹੈ। ਪਰ ਜੇ ਕੌਮ ਤੇ ਬਿਪਤਾ ਪਈ ਹੋਵੇ ਤੇ ਅੰਮ੍ਰਿਤਧਾਰੀ ਸਿੱਖ ਹੋਵੇ ਕੋਈ ਜਿਹਨੇ ਅੰਮ੍ਰਿਤ ਲਿਆ ਹੋਵੇ, ਖੰਡੇ ਪਾਟੇ ਦੀ ਪੌਲ ਛਕੀ ਹੋਵੇ ਤੇ ਕੌਮ ਤੇ ਬਿਪਤਾ ਪਈ ਹੋਵੇ ਤੇ ਉਹਨੂੰ ਸੁਰਤ ਕੋਈ ਨਾ ਹੋਵੇ, ਉਹ ਜਿਹਾ ਅੰਮ੍ਰਿਤ ਨਹੀਂ ਛਕਣਾ। ਅੰਮ੍ਰਿਤ ਉਹ ਛਕਣਾ ਹੈ ਜਿੱਥੇ ਇੱਕ ਸਿੱਖ ਦੀ ਪੱਗ ਲੱਥੇ ਤੇ ਤੁਹਾਨੂੰ ਮਹਿਸੂਸ ਹੋਵੇ ਵੀ ਸਾਡੇ ਪਿਓ ਦੀ ਕੋਈ ਪੱਗ ਲਾ ਗਿਆ, ਜਿੱਥੇ ਗੁਰੂ ਨੂੰ ਕੋਈ ਮੰਦਾ ਬੋਲ ਬੋਲੇ ਤੇ ਤੁਹਾਡੀ ਰਾਤਾਂ ਦੀ ਨੀਂਦ ਹਰਾਮ ਹੋ ਜਾਵੇ, ਉਹ ਅੰਮ੍ਰਿਤ ਛਕਣਾ। ਜਿਹੜਾ ਕੋਈ ਸਾਧ ਅੰਮ੍ਰਿਤ ਛਕਾਇਂਦਾ ਨਾ ਵੀ ਪਦ ਤੁਸੀਂ ਆਹ ਕਰ ਲਿਓ ਜੀ, ਉਹ ਕਰ ਲਿਓ ਜੀ, ਇੰਨਾ ਉਹ ਕਰ ਲਿਓ, ਆਪਾਂ ਉਹ ਕੰਮ ਨਹੀਂ ਕਰਨੇ। ਬਾਣੀ ਨਿਤਨੇਮ ਦੀ ਪੂਰਨ ਬਾਣੀ ਆ, ਪੈਰਾ ਪੂਰਾ ਰੱਖਣਾ। ਪਰ ਗੁਰੂ ਸਾਹਿਬ ਨੇ ਖੰਡੇ ਨਾਲ ਅੰਮ੍ਰਿਤ ਤਿਆਰ ਕੀਤਾ, ਖੰਡੇ ਨਾਲ, ਖੰਡੇ ਦਾ ਸਮਝਦੇ ਸ਼ਸਤਰ ਦਾ ਖੰਡਾ, ਤੇ ਖੰਡਾ ਹੱਥ 'ਚ ਰੱਖਣਾ 24 ਘੰਟੇ ਕਿਰਪਾਨ, ਤੇ ਇਹ ਕੱਤ ਰੱਖਣੀ ਹੈ। ਇਹ ਨਹੀਂ ਵੀ ਕਿਸੇ ਗਰੀਬ ਦੇ ਪਿੰਡ 'ਚ ਤੁਸੀਂ ਅੰਮ੍ਰਿਤ ਛੱਕ ਕੇ ਤੇ ਗਰੀਬ ਮਹਾਦਰੀ ਘੁੱਟਣੀ ਤੁਰ ਪਿਓ ਵੀ ਫਲਾਣਾ ਜੀ ਪੂਰੇ ਪਾਠ ਨਹੀਂ ਕਰਦਾ ਸੀ, ਪੂਰੀ ਉਹਦੀ ਕਰਾਉਣੀ ਹੈ ਮਰਿਆਦਾ, ਇਹ ਕੰਮ ਨਹੀਂ ਕਰਨੇ। ਸ਼ਸਤਰ ਮਹਾਰਾਜ ਨੇ ਦਿੱਤਾ ਹੈ ਗਰੀਬ ਦੀ ਰਾਖੀ ਵਾਸਤੇ, ਧਰਮ ਦੀ ਰਾਖੀ ਵਾਸਤੇ। ਜਿਹੜਾ ਚੜ੍ਹ ਕੇ ਆਉਂਦਾ ਹੈ, ਜਿਹਨੂੰ ਪਿਆਰ ਨਾਲ ਸਮਝਾ ਸਕਦਾ ਪਿਆਰ ਨਾਲ ਸਮਝਾਓ, ਜਿਹਦੇ ਅੱਗੇ ਤਰਲਾ ਕੀਤਾ ਮਨ ਦਾ ਤਰਲਾ ਕਰੋ। ਪਰ ਜੇ ਕੋਈ ਬੰਦਾ ਇਹਨਾਂ ਸਾਰੀ ਚੀਜ਼ਾਂ ਤੋਂ ਪਰੇ ਜਾ ਕੇ ਤੇ ਫਿਰ ਵੀ ਨਹੀਂ ਮੰਨਦਾ ਤੇ ਧਰਮ ਦੀ ਬੇਅਦਬੀ ਕਰਨ ਤੇ ਤੁਲਿਆ ਹੋਇਆ, ਧਰਮ ਦੀ ਪਾਲਣਾ ਨਹੀਂ ਕਰਦਾ, ਉਸ ਬੰਦੇ ਦੇ ਇਹਨੂੰ ਵਰਤਿਆ ਜਾ ਸਕਦਾ। ਇਸੇ ਕੰਮ ਨੂੰ ਦਿੱਤਾ, ਔਰ ਗੰਢੇ ਗੁੰਡੇ ਕੱਟਣ ਨੂੰ ਨਹੀਂ ਦਿੱਤੀ ਮਹਾਰਾਜ ਨੇ ਵੀ ਤੁਸੀਂ ਕਿਤੇ ਮਤਲਬ ਇਹਨਾਂ ਨੇਰੇ ਭੋਗ ਹੀ ਲਾਉਂਦੇ ਫਿਰੋ ਵੀ ਇਹ ਭੋਗ ਲਾਉਣ ਨੂੰ ਹੀ ਖਾਲੀ। ਸੋ ਇੰਨੀਆਂ ਕੁ ਬੇਨਤੀਆਂ ਨਾਲ ਖਿਮਾ ਦਾ ਜਾਜਕਾਂ ਜੀ, ਭੁੱਲ ਚੁੱਕ ਦੀ ਮਾਫ਼ੀ, ਜੇ ਕਿਸੇ ਨੂੰ ਗੁੱਸਾ ਲੱਗਾ ਹੋਵੇ ਗਲਤ ਕੋਈ ਮੈਂ ਐਸੀ ਕੀਤੀ ਨਹੀਂ ਵੈਸੇ ਗੁੱਸਿਆੜੀ, ਪਰ ਫਿਰ ਵੀ ਭੁੱਲ ਚੁੱਕ ਦੀ ਖਮਾ ਗੁਰੂ ਸਾਹਿਬ ਤੋਂ ਵੀ ਖਮਾ ਮੰਗਦੇ ਹਾਂ, ਉਹਨਾਂ ਦੀ ਹਜ਼ੂਰੀ 'ਚ ਬੋਲਦੇ ਹਾਂ ਜੇ ਕੋਈ ਭੁੱਲ ਚੁੱਕ ਹੋ ਗਈ ਹੋਵੇ ਇੰਨੀਆਂ ਕੁ ਬੇਨਤੀਆਂ ਨਾਲ। ਗੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।